ਹਾਂਜੀ ਸਤਿ ਸ਼੍ਰੀ ਅਕਾਲ ਭਾਈ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ ਯੂਟਿਊਬ ਚੈਨਲ ਤੇ। ਦੋਸਤੋ, ਅੱਜ ਦੀ ਵੀਡੀਓ ਪਿੰਡ ਕਾਲੇਕੇ, ਜ਼ਿਲ੍ਹਾ ਮੋਗਾ, ਤਹਿਸੀਲ ਇਹਨੂੰ ਬਾਘਾ ਪੁਰਾਣਾ ਪੈਂਦੀ ਹੈ। ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇੱਦਾਂ ਦੀ ਵੀਡੀਓ ਬਣਾਉਣੀ ਹੋਵੇ, ਮੇਰੇ ਨਾਲ ਸੰਪਰਕ ਕਰ ਸਕਦਾ। ਮੇਰਾ ਮੋਬਾਈਲ ਨੰਬਰ 98145091968। ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਜਰਸੀਆਂ ਵਿਖਾਉਣੀਆਂ। ਆਮ ਹੀ ਭੈਣ ਭਰਾਵਾਂ ਦੀ ਡਿਮਾਂਡ ਹੁੰਦੀ ਬਈ ਯਾਰ, ਘਰੇ ਦੁੱਧ ਪੀਣ ਨੂੰ ਹਿੰਮਤ, ਜਰਸੀ ਲੈਣੀ ਹੈ। ਲੈਣੀ ਆਪਾਂ ਸੂਈ ਸਵਾਈ ਵਾਲੀ ਹੈ, ਹੋਈ ਤਾਂ ਦੱਸਿਓ। ਤੁਸੀਂ ਡੇਲੀ ਗੱਬਣਾਂ ਦੀਆਂ ਹੀ ਵੀਡੀਓ ਪਾਈ ਜਾਂਦੇ ਹਾਂ, ਪਰ ਆਪਾਂ ਲੈਣੀ ਸੂਈ ਸਵਾਈ ਆ ਭਰਾ ਬਣ ਕੇ। ਜੇ ਕੋਈ ਤਾਜ਼ੀਆਂ ਸੂਈ ਜਰਸੀ ਹੋਈ ਤਾਂ ਦੱਸਿਓ। ਪਰ ਅੱਜ ਦੀ ਵੀਡੀਓ ਦੇ ਵਿੱਚ ਖਾਸ ਗੱਲ ਹੈ ਕਿ ਦੋ ਜਰਸੀਆਂ, ਦੋਵੇਂ ਸੋਹਣੇ ਵੱਡੇ ਹਵਾਨੇ ਆ ਅਤੇ ਦੋਵੇਂ ਤਾਜ਼ੀਆਂ ਸੂਈਆਂ। ਜਿਹੜੀ ਵੀ ਤੁਹਾਡੇ ਪਸੰਦ ਆਊਗੀ, ਆਪਦੀ ਤਸੱਲੀ ਕਰਕੇ ਲੈ ਜਾਓ, ਪ੍ਰਾਈਜ਼ ਜਾਇਜ਼ ਹੀ ਹੋਣਗੇ। ਇਨਫੋਰਮੇਸ਼ਨ ਲੈ ਦੇਣਾ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਾਮ ਤੇ ਦੱਸ। ਨਾਮ ਜਸਕਰਨ, ਪਿੰਡ ਕਾਲੇਕੇ, ਤਹਿਸੀਲ ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ। ਫੋਨ ਨੰਬਰ ਦੱਸ ਦਿਓ। 98143-26-166। ਜੋੜਾ ਵਿਕਾਊ? ਹਾਂਜੀ ਬਾਈ, ਦੋ ਬਾਈ। ਇੱਕ ਨੰਬਰ ਤੋਂ ਸ਼ੁਰੂ ਕਰ ਲਈਏ। ਇਹ ਬਾਈ ਰਾਤ ਹੀ ਸੂਈ ਆ, ਇਹਦਾ ਤਕਰੀਬਨ ਆਪਾਂ 2-2.5 ਕਿਲੋ ਬੋਲਾ ਕੱਢਿਆ ਹੋਊਗਾ। ਠੀਕ ਹੈ। ਤੇ ਦੂਜਾ ਸੂ ਆਪਾਂ ਨੂੰ ਮਾਲਕਾਂ ਨੇ 10 ਕੇ ਦਿੱਤੀ ਆ। ਕਿੰਨਾ ਦੁੱਧ ਪਿਆ ਜੂ? ਦੁੱਧ ਬਈ ਯਾਰ ਥਾਂ ਦੇ ਹਿਸਾਬ ਨਾਲ ਚਾਹੀਦਾ ਵੀ 15-16 ਕਿਲੋ, ਤੇ ਪਰ ਆਪਾਂ ਜਿੱਥੇ ਲਈ ਆਪਾਂ ਉਹਨਾਂ ਨੇ 14 ਕਿਲੋ ਚੋਇਆ ਦੱਸਿਆ। ਅੱਛਾ, ਉਹਨਾਂ ਨੇ 14 ਦੱਸਿਆ। ਐਵੇਂ ਆਪਾਂ 17-18 ਕਹੀ ਜਾਈਏ, ਉਹਦਾ ਫਾਇਦਾ ਕੋਈ ਨਹੀਂ। ਨਹੀਂ, ਵਧੀਆ ਗੱਲ ਹੈ। ਲੇਵਾ ਵੇਖ ਕੇ ਅਗਲੇ ਨੇ ਕਹੀ ਦੇਣਾ 17-18 ਕਹੂਗਾ, ਪਰ 14 ਕਿਲੋ ਚੋਇਆ ਆਪਾਂ 15-16 ਕਿਲੋ ਕਰਕੇ ਦੇ ਜੂਗੀ, ਇੰਨੇ ਕਹਿ ਕੇ ਦੇਣੀ ਕੱਢੀਏ ਬਾਹਰ। ਦੋਸਤੋ, ਵਧੀਆ ਗੱਲ ਹੈ, ਸੀਲ ਸਾਉ ਪੂਰੀ ਹੈ। ਵੀਰ ਕਹਿੰਦਾ ਮਾਰ ਦਿਓ, ਚਵਾਈ ਵੇਖ ਲਓ, ਪੂਰੀ ਚੰਗੀ ਮੋਟੀ ਧਾਰ। ਠੀਕ ਹੈ ਜੀ, ਇੱਕ ਨੰਬਰ ਚਵਾਈ ਹੈ, ਦੂਜੇ ਸੂਏ ਸੂਈ ਹੈ, ਤਾਜ਼ੀ ਸੂਈ ਹੈ, ਫੁੱਲ ਜਾਤ ਬਰੀਡ ਹੈ, ਮੂੰਹ ਮੱਥੇ ਦੀ ਸੋਹਣੀ ਹੈ, ਛੋਟਾ ਕੰਨ, ਬੋਦੀ ਵਾਲੀ ਵੱਛੀ, ਫੁੱਲ ਹੀ ਵਜਨ ਆ, ਹਵਾਨਾ ਵੀ ਸੋਹਣਾ ਵੱਡਾ, ਜ਼ਬਰਦਸਤ ਤਿਆਰ ਕੀਤਾ। ਵੀਰ ਕਹਿੰਦਾ 15-16 ਕਿਲੋ ਦੁੱਧ ਦੇ ਦੂ, ਕਹਿਣ ਨੂੰ ਤਾਂ ਬਾਈ ਕਹਿੰਦਾ ਵੱਧ ਕਹਿ ਦਈਏ, 17-18 ਕਹਿ ਦਈਏ, ਉਹਦਾ ਕੀ ਫਾਇਦਾ। ਸੀਲ ਸਾਉ ਪੂਰੀ ਹੈ, ਪਰ ਆਪਾਂ ਜਿਨ੍ਹਾਂ ਤੋਂ ਲਈ ਉਹ ਕਹਿੰਦੇ ਅਸੀਂ 14 ਕਿਲੋ ਚੋਇਆ। ਉਸ ਤੋਂ ਘੱਟ ਹੀ ਬੰਦੇ ਇੱਦਾਂ ਦੀਆਂ ਗੱਲਾਂ ਦੱਸਦੇ ਆ, ਸਾਫ਼ ਸੁਥਰਾ ਵਪਾਰ ਕਰਦੇ ਨਹੀਂ, ਬਾਹਲੇ ਤਾਂ ਆਪਦੇ ਕੋਲੋਂ 3-4 ਕਿਲੋ ਦੁੱਧ ਵੱਧ ਦੱਸ ਦਿੰਦੇ ਆ। ਪਰ ਵੀਰ ਕਹਿੰਦਾ 15-16 ਕਿਲੋ ਦੇ ਦੂਗੀ ਦੁੱਧ, ਕਹਿਣ ਨੂੰ ਭਾਵਾਂ 17-18 ਕਹਿ ਦਈਏ, ਕੀ ਲੋੜ ਹੈ। ਅਗਲੇ ਕਹਿੰਦੇ ਆਪਾਂ 14 ਕਿਲੋ ਚੋਇਆ, ਕਹਿਣ ਨੂੰ ਤਾਂ ਬਾਈ ਕਹਿੰਦਾ ਮੈਂ ਵੀ ਕਹਿੰਦਾ ਕਿ ਅਗਲੇ ਕਹਿੰਦੇ 15-16, ਪਰ ਕੀ ਲੋੜ ਹੈ ਝੂਠ ਮਾਰਨ ਦੀ। 14 ਕਿਲੋ ਅਗਲਿਆਂ ਨੇ ਚੋਇਆ, 15-16 ਕਿਲੋ ਪਿਆਜੂ, ਥਣ ਮੁੱਠੀ ਵਾਲੇ ਹੱਥ ਦੀ ਚੁਆਈ ਵਾਲੇ ਗੁਲਾਬੀ ਗੈਬ 'ਚ ਲੱਗੇ ਹੋਏ ਆ, ਮੂੰਹ ਮੱਥੇ ਦੀ ਸੋਹਣੀ ਆ, ਜਰਸੀ ਨਸਲ ਦੀ, ਦੂਜਾ ਸੂਆ, ਤਾਜ਼ੀ ਸੂਈ ਸਵਾਈ, ਪੂਰੀ ਫੁੱਲ ਵਜਨ ਵਾਲੀ ਵੱਛੀ ਹੈ। ਹੋ ਸਕਦਾ ਵੱਧ ਦੁੱਧ ਪਿਆ ਜੇ, ਉਹ ਤੁਹਾਡੀ ਸੇਵਾ ਸੰਭਾਲ 'ਤੇ ਨਿਰਭਰ ਕਰਦਾ। 12 ਵਜੇ ਵੀਡੀਓ ਬਣਾ ਰਹੇ ਹਾਂ, ਥਣ ਹਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ, ਸ਼ਾਮ ਦੀ ਚੁਆਈ ਸਾਰਾ ਦੇਣੀ ਪਿਆ। ਜਾਇਜ਼ ਜਾਂ ਮੌਲ, ਜਿਸ ਕਾਰਨ ਅਗਲਾ ਆਵੇ ਤਾਂ ਬਸ ਲੈ ਜੇ। ਬਾ ਯਾਰ ਬਾਈ, ਆਪਾਂ ਵੀ ਨਹੀਂ ਭੁਲਾਈ ਜਾਣੀ ਤਾਂ ਅਗਲਾ ਵੀ ਨਾ ਭਾਂਦੜ ਕਰੇ, ਆਪਾਂ 90,000 ਦੀ ਦੇ ਦਾਂਗੇ। 90 ਦੀ ਦੇ ਦਾਂਗੇ, 90 ਦੀ ਬਾਈ। ਸਹੀ ਆ ਦੋਸਤੋ, ਮਗਰ ਵੱਛਾ ਇਹਦੇ ਮਗਰ ਵੱਛਾ। ਹਾਂ ਦੋਸਤੋ, ਬਿਲਕੁਲ ਜਾਇਜ਼ ਮੁੱਲ। ਵੀਰ ਕਹਿੰਦਾ ਆਪਾਂ ਵੀ ਨਹੀਂ ਭਕਾਈ ਕਰਦੇ ਫਿਰ, ਜੇ ਤੁਸੀਂ ਐਂ ਹੀ ਕਹਿੰਦੇ ਆ ਤੇ ਅਗਲਾ ਵੀ ਨਾ ਵਾਲੀ ਭਕਾਈ ਕਰੇ। ਆਪਾਂ 1,000 ਘੱਟ 50,000 ਦੀ ਦੇ ਦੇਣੀ ਆ, 90,000 ਦੀ, ਬਹੁਤ ਸੋਹਣੀ ਵੱਛੀ ਆ। ਬਾਕੀ ਜਦੋਂ ਆਓਗੇ ਆ ਕੇ ਅੱਖਾਂ ਨਾਲ ਆਪਦੀ, ਤੁਸੀਂ ਵੇਖੋਗੇ ਤੁਹਾਡੇ ਵੀ ਮਨ ਲੱਗੂ। ਬਾਕੀ ਨਵਾਂ ਹਾਣ ਹੈ, ਦੂਜਾ ਸੂਆ, ਵਜਨ ਬਹੁਤ ਹੈ, ਹਵਾਨਾ ਸੋਹਣਾ ਵੱਡਾ, ਅਤੇ ਪ੍ਰਾਈਜ਼ ਵੀ ਜਾਇਜ਼ ਹੀ ਆ। ਇਦੂ ਘੱਟ ਮੁੱਲ 'ਚ ਤਾਂ ਫਿਰ ਚੰਗੇ ਦੁੱਧ ਵਾਲੀ ਜਰਸੀ ਦਿੰਦਾ ਵੀ ਕੌਣ ਹੈ। ਬਾਕੀ ਨਵਾਂ ਹਾਣ ਆ, ਕੋਈ 5-4 ਸੂਏ, ਵਧੀਆ ਦੁੱਧ ਪੈ ਜੂ, 5-4 ਸਾਲ ਕੋਈ ਦੁੱਧ ਪੀ ਕੇ
ਫਿਰ ਵੀ ਸੇਲ ਕਰੋਗੇ ਇੰਨੇ ਪੈਸੇ ਦੀ ਆਰਾਮ ਨਾਲ ਵਿਕ ਜਾਣਾ, ਕਿਉਂਕਿ ਦਿਨੋਂ ਦਿਨ ਮਹਿੰਗਾਈ ਵੱਧਦੀ ਜਾਂਦੀ ਹੈ। ਅੱਜ ਜਿਹੜਾ ਤੁਸੀਂ ਪਸ਼ੂ ਜਿੰਨੇ ਪੈਸਿਆਂ ਦਾ ਲੈ ਲਿਆ, ਅੱਜ ਤੋਂ 4-5 ਸਾਲਾਂ ਨੂੰ ਥੋੜ੍ਹੀ ਉਨੇ ਪੈਸਿਆਂ ਦਾ ਤੁਹਾਨੂੰ ਪਸ਼ੂ ਮਿਲਣਾ, ਡੂਢੇ ਪੈਸਿਆਂ ਦਾ ਮਿਲਣਾ ਅੱਜ ਤੋਂ 4-5 ਸਾਲਾਂ ਨੂੰ। ਤਾਂ ਹੀ ਮੈਂ ਕਿਹਾ 5-4 ਸਾਲ ਦੁੱਧ ਪੀ ਲਉਂਗੇ, ਅਤੇ 5-7 ਸਾਲਾਂ ਨੂੰ ਜੇ ਸੇਲ ਵੀ ਕਰੋਗੇ ਜਿੰਨੇ ਦੀ ਲਈ ਇੰਨੇ ਦੀ ਫਿਰ ਵਿਕ ਜਾਣੀ ਹੈ। ਹੋ ਸਕਦਾ ਵੱਧ ਤਾਂ ਭਾਵਾਂ ਵਿਕ ਜੇ, ਪਰ ਘੱਟ ਨਹੀਂ ਵੱਜਦੀ, ਕਿਉਂਕਿ ਦਿਨੋਂ ਦਿਨ ਮਹਿੰਗਾਈ ਵੱਧਦੀ ਆ। 2 ਨੰਬਰ 'ਤੇ ਆ ਜਾਈਏ ਜਰਸੀ, ਇਹ ਬਈ ਆਪਾਂ ਦੂਜਾ ਸੂਆ ਦੱਸਿਆ ਜੀ, ਠੀਕ ਹੈ। ਇਹ ਕੱਲ੍ਹ ਦਿਨ ਦੀ ਸੂਈ ਵੀ ਆ, ਉਹ ਰਾਤ ਦੀ, ਉਹ ਰਾਤ ਸੂਈ ਆ, ਇਹ ਦਿਨ, ਇਹ ਕੱਲ੍ਹ ਦਿਨੇ ਸੂਈ ਆ, ਠੀਕ ਹੈ, ਐਵੇਂ ਆਪਾਂ ਕਹੀਏ ਰਾਤ ਦੀ ਸੂਈ ਆ, ਹੈ ਨਾ। ਇਹਦੇ ਮਗਰ ਵੱਛੀ ਆ। ਅੱਛਾ, ਉਹਦੇ ਮਗਰ ਵੱਛਾ, ਇਹਦੇ ਮਗਰ ਵੱਛਾ, ਇਹਦੇ ਮਗਰ ਵੱਛੀ ਆ, ਠੀਕ ਹੈ। ਇਹ ਆਪਾਂ ਜਿੱਥੇ ਲਈ ਆਪਾਂ ਨੂੰ 16 ਕਿਲੋ ਦੁੱਧ ਦੱਸਿਆ ਇਹਦਾ, ਠੀਕ ਹੈ, ਅਤੇ 15-16 ਕਿਲੋ ਹੀ ਆਪਾਂ ਮੰਨ ਕੇ ਕਹਿ ਕੇ ਦੇਣੀ ਆ, ਸਹੀ ਆ। ਆਪਾਂ ਕਹਿ ਨੂੰ 20 ਕਹਿ ਦਈਏ, 18 ਕਹਿ ਦਈਏ, ਤੇ ਵੀ ਮੂੰਹ ਕਹਿਣਾ ਸੌਖਾ ਹੁੰਦਾ, ਜਦੋਂ ਅਗਲੇ ਨੇ ਬਾਲਟੀ ਰੱਖ ਕੇ ਉਦੋਂ ਭਰਨੀ ਬਹੁਤ ਔਖੀ। ਹਾਂ, ਇਹ ਤਾਂ ਗੱਲ ਹੈਗੀ, ਉਸ ਤੋਂ ਗੱਲ ਸਾਰੀਆਂ ਹੀ ਵਧੀਆ ਕੀਤੀਆਂ ਵੀਰ ਨੇ। ਵੀਰ ਕਹਿੰਦਾ 20 ਕਿਲੋ ਕਹਿਣਾ ਤਾਂ ਸੌਖਾ, ਪਰ ਬਾਲਟੀ ਰੱਖ ਕੇ ਜਦੋਂ ਬਾਲਟੀ 10 ਕਿਲੋ ਦੀ ਭਰਨੀ ਬਹੁਤ ਔਖੀ ਹੈ। ਹਾਂ ਦੋਸਤੋ, ਇਹ ਗੱਲਾਂ ਸਹੀ ਹੈ, ਸਚਿਆਈ ਵਾਲੀਆਂ ਗੱਲਾਂ। ਲੋਕ ਕਹੀ ਵੀ ਜਾਂਦੇ ਆ, ਹੋਰ ਕਿਸੇ ਦੇ ਘਰੇ ਖੜੀ ਹੁੰਦੀ, ਕੱਦ ਕਾਠ ਵਾਲੀ ਜਰਸੀ ਹੈ, ਹਵਾਨਾ ਅਮਰੀਕਨ ਵਹਿੜਾ ਅਰਗਾ ਤਿਆਰ ਕੀਤਾ, ਅਤੇ 20 ਕਿਲੋ ਲੋਕਾਂ ਨੇ ਕਹਿਣਾ ਵੀ ਸੀ, ਐਗੜਾ ਹੋਰ ਕਢਾ ਲਈਏ, ਅਤੇ ਅਗਲੇ ਨੇ ਸੱਚ ਵੀ ਮੰਨ ਲੈਣਾ ਸੀਗਾ, ਪਰ ਬਾਈ ਨੇ ਬਿਲਕੁਲ ਜਾਇਜ਼ ਜਿਹਾ ਦੱਸਿਆ ਕਿ 16 ਕਿਲੋ ਦਿੱਤਾ, 15-16 ਕਿਲੋ ਕਹਿ ਕੇ ਆਪਾਂ ਵੇਚਣੀ ਹੈ, ਅਤੇ ਇੰਨਾ ਇਹਨੇ ਖੁੱਲ੍ਹਾ ਦੁੱਧ ਪਿਆ ਦੇਣਾ। ਵੱਡੀ ਜਰਸੀ ਹੈ, 1 ਨੰਬਰ ਵੀ ਸੋਹਣੀ ਜਰਸੀ ਹੈ, 2 ਨੰਬਰ ਉਹਦੇ ਨਾਲੋਂ ਵੀ ਚੰਗੀ ਜਰਸੀ ਹੈ, ਛੋਟਾ ਜਿਹਾ ਮੂੰਹ ਹੈ, ਬੋਦੀ ਵਾਲੀ ਵੱਛੀ, ਬਦਾਮੀ ਰੰਗ ਦੀ, ਹਵਾਨੇ ਵਾਲੇ ਪਾਸੋਂ ਐਕਸਟਰਾਆਰਡਨਰੀ। ਹੋ ਸਕਦਾ ਤੁਹਾਡੀ ਸੇਵਾ ਵੱਧ ਹੋਈ, ਹੋ ਸਕਦਾ ਤੁਹਾਡੇ ਘਰ 2 ਕਿਲੋ ਵੱਧ ਪਿਆ ਜਾਣ, ਕਿਉਂਕਿ ਦੁੱਧ ਦੇਣਾ ਤਾਂ ਸੇਵਾ ਨੇ ਹੈ, ਜੇ ਵੱਧ ਸੇਵਾ ਕਰੋਗੇ ਤਾਂ ਆਪੇ ਦੁੱਧ ਵੱਧ ਪਿਆ ਦੇਣਾ, ਅਤੇ ਜੇ ਸਹੀ ਆ ਥਾਣੇ ਦਾ ਵੀ ਪੂਰਾ ਚੰਗਾ। ਧਾਰਾਂ ਵੀਰ ਕਹਿੰਦਾ ਆਪਾਂ ਇਹਦੀਆਂ ਵੀ ਮਾਰ ਕੇ ਵਿਖਾ ਦਿੰਦੇ ਹਾਂ, ਆਹ ਲਓ ਵੇਖੋ ਚਵਾਈ, ਤੁਹਾਨੂੰ ਖੜ ਕੇ ਤੋਂ ਹੀ ਅੰਦਾਜ਼ਾ ਲੱਗ ਜਾਣਾ, 1 ਨੰਬਰ ਚਵਾਈ ਦੋਵਾਂ ਵਹਿੜਾਂ ਦੀ, ਸਹੀ ਆ, ਠੀਕ ਹੈ। 2 ਨੰਬਰ ਮਗਰ ਵੱਛੀ ਆ, ਹਾਂ ਇਹਦੇ ਮਗਰ ਵੱਛੀ ਆ ਬਾਈ, ਜਾਇਜ਼ ਜਾ ਮੁੱਲ ਮੁੱਲ ਤਾਂ ਮਨ ਤੇ ਇਹਦਾ ਹੀ ਵੱਧ ਕਰਨ ਨੂੰ ਕਹਿੰਦਾ, ਪਰ ਮੈਂ ਨੰਜਾ ਦੀ ਯਾਦ ਦੇਦਾ, ਨੰਜਾ ਦੀ, ਤੇ ਜੇ ਕੋਈ ਜੋੜਾ ਲੈ ਲਓ ਉਹਦਾ ਮਾਨ ਤਾਂ ਕਰ ਦਾਂਗੇ ਹੋਰ ਵੀ। ਸਹੀ ਆ ਦੋਸਤੋ, ਦੋਵਾਂ ਦਾ ਮੁੱਲ ਨੰਜਾ ਨੰਜਾ ਯਾਰ, ਮਨ ਤਾਂ ਵੀਰ ਕਹਿੰਦਾ ਕਰਦਾ 2 ਨੰਬਰ ਦਾ ਵੱਧ ਕਰ ਦਈਏ ਮੁੱਲ, ਪਰ ਕਹਿੰਦਾ ਇਹ ਵੀ ਨੰਜਾ ਦੀ ਦੇ ਦਿਆਂਗੇ, 1 ਨੰਬਰ ਵੀ ਨੰਜਾ ਦੀ, ਮੁੱਲ ਤਾਂ ਇਹਦਾ ਭਾਵੇਂ 55 ਕਰ ਲੈਣੇ ਤਾਂ ਵੀ 52-53 ਦੀ ਵੇਖ ਜਾਣੀ। ਹਾਂ, ਪਰ ਨਹੀਂ ਆਪਾਂ ਜਾਇਜ਼ ਜਾਂ ਨਫਾ ਲੈ ਕੇ ਦੇਣੀ, ਆਪਾਂ ਨੰਜਾ ਨੰਜਾ ਹਜ਼ਾਰ ਦੀ ਦੇਣੀ, ਠੀਕ ਹੈ। ਦੋਸਤੋ ਮੁੱਲ ਕਰਨ ਬਾਈ ਕਹਿੰਦਾ 55 ਕਰ ਲੈਂਦੇ, 52-53 ਹਜ਼ਾਰ ਦੀ ਵੇਖ ਜਾਣੀ ਸੀ, ਅਤੇ ਇਹ 'ਚ ਕੋਈ ਸ਼ੱਕ ਵੀ ਨਹੀਂ, ਵੇਖ ਵੀ ਜ਼ਰੂਰ ਜਾਣੀ ਆ ਇਹ 52-53 ਹਜ਼ਾਰ ਦੀ, ਪਰ ਬਾਈ ਕਹਿੰਦਾ ਆਪਾਂ ਜਾਇਜ਼ ਕੀਮਤ 'ਤੇ ਪਸ਼ੂ ਲਏ ਆ ਅਤੇ ਜਾਇਜ਼ 'ਤੇ ਵੇਚ ਦਿੰਦੇ ਹਾਂ, ਜਾਇਜ਼ ਹੀ ਨਫਾ ਲੈਂਦੇ ਹਾਂ ਆਪਾਂ, ਵਧੀਆ ਗੱਲ ਆ, ਬੜਾ ਗਲ ਘੁੱਟਣਾ ਕਿਸੇ ਦਾ ਉਹ ਵੀ ਮਾੜੀ ਗੱਲ ਹੈ। ਦੋਸਤੋ ਇਹ ਵੀ ਗੱਲ ਸਹੀ ਆ, ਵੀਰ ਕਹਿੰਦਾ ਡੇਲੀ 2-2-3-3 ਪਸ਼ੂ ਆਪਣੇ ਸੇਲ ਹੁੰਦੇ ਆ, ਵੀਡੀਓ ਪਾ ਦੇਈਦੀ ਹੈ ਅਤੇ ਨਾਲ ਦੀ ਨਾਲ ਵਿਕ ਜਾਂਦੇ ਆ, ਅਤੇ ਜੇ ਵੱਧ ਨਫਾ ਲੈਣ ਲੱਗ ਜਾਈਏ, ਲਾਲਚ ਹੋਰ ਵੱਧਦਾ ਜਾਊ ਅਤੇ ਮੁੱਲ ਵੱਡੇ ਕਰਨ ਲੱਗ ਪਾਂਗੇ, ਫਿਰ ਪਸ਼ੂ ਰੋਕਣ ਲੱਗ ਪੈਣਗੇ, ਸੇਲ ਨਹੀਂ ਹੋਣੇ, ਉਦੋਂ ਬਿਹਤਰ ਆ ਕਿ ਜਾਇਜ਼ ਨਫਾ ਲਓ, ਪਸ਼ੂ ਲਿਆਂਦੇ, ਵੀਡੀਓ ਪਾਓ ਅਤੇ ਬੈਗੇ ਹੋਰ ਲਿਆਓ, ਵਧੀਆ ਗੱਲ ਹੈ। ਫੋਨ ਨੰਬਰ ਸਕਰੀਨ 'ਤੇ, ਬਿਲਕੁਲ ਸਸਤੇ ਮੁੱਲ ਦੀਆਂ 2 ਟੌਪ ਦੀਆਂ ਜਰਸੀਆਂ।
ਫੋਨ ਨੰਬਰ ਸਕਰੀਨ ਤੇ ਇਦੂ ਘੱਟ ਮੁੱਲ 'ਚ ਮੈਨੂੰ ਤਾਂ ਲੱਗਦੇ ਨਹੀਂ ਕਿਸੇ ਭੈਣ ਭਰਾ ਕੋਲੋਂ ਮਿਲ ਜਾਣਗੀਆਂ। ਇਹੀ ਬੈਡਾਂ ਹੋਰ ਕਿਸੇ ਵਪਾਰੀ ਦੇ ਘਰੇ ਖੜੀਆਂ ਹੁੰਦੀਆਂ, 7-7, 8-8 ਹਜ਼ਾਰ ਇਹਨਾਂ ਦਾ ਮੁੱਲ ਵੱਧ ਹੋਣਾ ਸੀ, ਪਰ ਵੀਰ ਨੇ ਬਿਲਕੁਲ ਜਾਇਜ਼ ਮੁੱਲ ਕੀਤੇ ਆ। ਫੋਨ ਨੰਬਰ ਸਕਰੀਨ 'ਤੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।